फ्रेंड्स, वेलकम बैक टू माय चैनल। सत श्री अकाल दोस्तों, अज आप जी फिर पहुँच चुके हैं ग्रेपवाइन दी पहाड़ियों पर। लोड भी ठीक ठाक है, 50 दी स्पीड से जा रहे हैं, 150 माइल पर आवर। सो देखो जी, हिल दे नज़ारे, ट्रक का अपने दल जोर लग्या पिया। ਚਾਰ ਚਵੇਰੇ ਅਹਿਮਤਾਂ ਨਹੀਂ ਅਹਿਮਤਾਂ ਹੋਈ ਪਈ ਆ। ਆਹ ਬਾਲ ਮਾਟਾ ਲੱਗ ਕਦੇ ਅੱਗੇ ਆ ਜਾਂਦਾ, ਕਦੇ ਪਰੇ ਹੋ ਜਾਂਦਾ। ਇਹਨੇ ਮੇਰੇ ਬ੍ਰੇਕ ਲਵਾ ਦੇਣੇ ਨੇ। ਉਹ ਦੇਖੀ ਭਰਾ, ਛੇਤੀ ਕਰ ਲਾ ਸਾਈਡ 'ਤੇ। ਆਪਾਂ ਜੀ ਸਕੇਲ ਤੋਂ ਤਾਂ ਨਿਕਲੇ ਆਏ ਹਾਂ, ਕਿਉਂਕਿ ਆਪਾਂ ਨੂੰ ਫ੍ਰੀ ਪਾਸ ਮਿਲ ਗਿਆ ਸੀਗਾ, ਅਤੇ ਹੁਣ ਚੜ੍ਹਾਈ ਦੇ ਵਿਚਾਰੇ ਝੋਟੇ ਦਾ ਜ਼ੋਰ ਲਵਾਇਆ ਆਪਾਂ ਨੇ। ਦੇਖੋ ਜੀ, ਚੜ੍ਹਦੇ ਜਾ ਰਹੇ ਹਾਂ, ਅੱਗੇ ਕਿਸੇ ਟਰੱਕ ਸਟੋਪ 'ਤੇ ਰੁਕਦੇ ਹਾਂ। ਅੱਜ ਮੈਂ ਆਪਣਾ ਗੋਪਰੋ ਨਹੀਂ ਲੱਗਿਆ, ਫੋਨ ਫੜ ਕੇ ਵੀਡੀਓ ਬਣਾ ਰਿਹਾ, ਬਟ ਦਿਸ ਅ ਪ੍ਰੋਬਲਮ। ਪ੍ਰੋਬਲਮ ਇਜ਼, ਜੇ ਕਿਸੇ ਕੋਪ ਨੇ ਦੇਖ ਲਿਆ ਨਾ, ਉਹਨੇ ਮੈਨੂੰ ਚੱਕ ਲੈਣਾ ਵੀ ਆ। ਲਓ ਜੀ, ਗਰੇਪਵਾਈਨ ਦੀਆਂ ਪਹਾੜੀਆਂ। ਤੇਲ ਦਾ ਟੈਂਕ ਕੁਆਟਰ ਰਹਿ ਗਿਆ, ਉਹ ਇੱਕ ਹੋਰ ਫੜ ਲਿਆ ਮਜੋਨੀਆ ਮੈਂ। ਲਓ ਜੀ, ਉਧਰਲੇ ਪਾਸੇ ਧੁੱਪ ਚੜ੍ਹੀ ਵੀ ਆ, ਇਧਰਲੇ ਪਾਸੇ ਛਾਂ ਹੋਈ ਵੀ ਆ, ਪਰ ਅਸੀਂ ਆਪਣੀਆਂ ਲਾਈਟਾਂ ਬਾਲੀਆਂ ਹੋਈਆਂ ਨੇ। ਤੁਹਾਨੂੰ ਉਤਰ ਕੇ ਲਾਈਟਾਂ ਵੀ ਦਿਖਾ ਦਾਂਗੇ ਜਿਹੜੀਆਂ ਬਲਦੀਆਂ ਨੇ ਟਰੱਕ ਦੇ। ਲਓ ਜੀ, ਇਹ ਤਾਂ ਐਮਾਜ਼ੋਨ ਦਾ ਹੀ ਟਰੱਕ ਹੈ, ਥਾਂ ਥਾਂ ਰੁਕਣ ਨੂੰ ਥਾਂ ਬਣੀ ਆ, ਅਤੇ ਪਾਣੀ ਦਾ ਇੰਤਜ਼ਾਮ ਵੀ ਆ। ਜੇ ਕਿਸੇ ਦਾ ਟਰੱਕ ਗਰਮ ਗਰਮ ਹੁੰਦਾ ਹੋਵੇ, ਕਾਰ ਟਰੱਕ ਕੁਛ ਵੀ, ਆਹ ਦੇਖੋ ਜੀ ਵਾਟਰ ਦਾ ਸਾਈਨ ਆ ਗਿਆ। ਫਿਰ ਮੈਂ ਤੁਸੀਂ ਇੱਥੋਂ ਪਾਣੀ ਲੈ ਸਕਦੇ ਹੋ, ਜੇ ਤੁਹਾਡੀ ਕਾਰ ਟਰੱਕ ਕੁਛ ਵੀ ਆ ਗਰਮ ਹੁੰਦਾ ਹੋਵੇ, ਪਾਣੀ ਘੱਟ ਜਾਂਦਾ ਕਈ ਵਾਰ। ਜਿਹੜਾ ਇੰਨੇ ਟੋਏ ਪਾ ਦਿੰਦੇ ਨੇ ਇਹ, ਵੀ ਹਾਂ ਵੀ ਤੁਸੀਂ ਟੋਇਆਂ ਵਾਲਾ ਟੈਕਸ ਭਰਦੇ ਹੋ, ਉਹ ਚੀਮਿਆਂ ਵੱਧ ਮੂਹਰੇ ਆ ਗਿਆ ਭਰਾ ਮੇਰਿਆ, ਤੂੰ ਮੇਰਾ ਕੰਮ ਖਰਾਬ ਕਰੇਗਾ, ਸੋਰੀ ਬ੍ਰੋ, ਮੈਨੂੰ ਇੱਧਰ ਵੀ ਜਾਣਾ ਪੈਣਾ, ਮੈਨੂੰ ਮੇਰਾ ਮੋਸ਼ਨ ਜੁੜ ਜਾਣਾ। ਭਾਈ ਹੁਣ ਮਾਮਾ ਨਾ ਦੇਖ ਲਵੇ ਵੀ ਇਹ ਕਿਹੜੀ ਲੈਣ 'ਚ ਤੁਰਿਆ ਫਿਰਦਾ, ਐਂ ਨਹੀਂ ਪਤਾ ਵੀ ਇੱਧਰ ਸਾਡਾ ਮੋਸ਼ਨ ਬਣਿਆ ਵਾ ਸਾਡਾ। ਚੀਮਾ ਸਾਹਿਬ ਨੇ ਤਾਂ ਸਾਨੂੰ ਦੂਜੇ ਪਾਸੇ ਹੀ ਤਾਰਤਾ ਸੀਗਾ। ਲਓ ਜੀ, ਓਵਰ ਸਾਈਜ਼ ਲੋੜ ਜਾਂਦਾ, ਕਿਆ ਬਾਤ ਆ, ਕਿਆ ਬਾਤ ਆ, ਰਾੜ ਨਿਕਲਿਆ ਬੈਠ ਰੱਖਦਾ। ਝੋਟਾ ਝੋਟਾ ਹੀ ਹੁੰਦਾ ਬਈ, ਜਾਂਦਾ ਉੱਡਦਾ, ਐ ਵੀ ਨਹੀਂ ਹੈਗਾ ਸਾਡੇ ਕੋਲ ਜਮੀ ਨਹੀਂ ਲੋੜ ਹੈਗਾ। ਸਾਡਾ ਬਹੁਤ ਗੰਦਾ ਹੀ ਯਾਰ, ਗਲੀ ਲੈਣ 'ਚ ਪਾ ਕੇ ਦੇਖਦੇ ਹਾਂ, ਵਧੀਆ ਹੋਏ। ਲਓ ਜੀ, ਫੋਰਟ ਟੇਜੋਨ ਰੋਡ, ਟੇਜੋਨ ਕਹਿੰਦੇ ਆ, ਪਤਾ ਨਹੀਂ ਕੀ ਕਹਿੰਦੇ ਆ। ਕਹਿੰਦੇ ਜੀ ਸਲੋ ਟਰੱਕ ਆਹ ਲੈਨ ਦੇ ਵਿੱਚ ਰਹੋ, ਪਰ ਜਿਹੜੇ ਫਾਸਟ ਆਉਂਦੇ ਆ ਉਹ ਜਿੱਥੇ ਮਰਜ਼ੀ ਜਾਈਓ, ਉਹ ਪਹਿਲੀਆਂ ਦੋ ਲੈਨਾਂ ਛੱਡ ਕੇ। ਸੋ ਟਾਈਮ ਟੂ ਚੇਂਜ ਗੀਅਰ, ਇੱਥੇ ਹੁਣ ਕੋਪ ਬਹੁਤ ਹੋਣਗੇ ਅੱਗੇ ਰੋਡ ਦੇ, ਹੁਣ ਹਿਸਾਬ ਨਾਲ ਚੱਲਣਾ ਪੈਣਾ। ਅੱਜ ਮੇਰੇ ਕੋਲ ਸਟੈਂਡ ਨਹੀਂ ਹੈਗਾ, ਮੈਨੂੰ ਲਗਾਤਾਰ ਵੀਡੀਓ ਬਣਾ, ਪਰ ਜੋ ਵੀ ਆ ਜੀ ਪਹਾੜੀਆਂ ਦੇਖੋ, ਮੀਂਹ ਥੋੜ੍ਹਾ ਹੀ ਪਿਆ ਪਰ ਰੰਗ ਬਦਲ ਲਿਆ, ਜੇ ਕਿਤੇ ਪੂਰੀ ਗਰਮੀ ਜਾਈਏ ਸੜੀਆਂ ਪਈਆਂ ਹੁੰਦੀਆਂ ਨੇ ਯੈਲੋ, ਤੁਸੀਂ ਕਹੋਗੇ ਵੀ ਯਾਰ ਇਹ ਕਦੇ ਹਰੀਆਂ ਹੋਣੀਆਂ ਨਹੀਂ ਹੈ ਟੋਟਲੀ, ਪਰ ਆਹ ਦੇਖੋ ਟਰੱਕ ਚੇਂਜ ਹੋ ਗਿਆ, ਪਰ ਫਾਇਦਾ ਕੋਈ ਨਹੀਂ ਹੈ, ਥੋੜ੍ਹੇ ਟਾਈਮ ਤੱਕ ਇੱਥੇ ਲਿਟਲ ਲਿਟਲ ਜੀ ਬਰਫ ਪੈ ਜਾਣੀ ਆ, ਉਹਦੇ ਨਾਲ ਕੀ ਹੋਣਾ, ਇਹ ਦੁਬਾਰਾ ਫਿਰ ਸੜ ਜਾਣੀ ਆ, ਬਰਫ ਨੇ ਦੱਬ ਲੈਣੀ ਆ। ਅਜੇ ਮੀਂਹ ਪਵੇ ਗੱਲ ਵੱਖਰੀ ਆ, ਪਰ ਜਿਹੜੀ ਬਰਫ ਆ ਉਹ ਕੰਮ ਖਰਾਬ ਕਰ। ਇੱਧਰ ਦੇਖੋ ਜੀ ਕਿੰਨਾ ਸੋਹਣਾ ਮੌਸਮ ਹੈ,
ਆਹ ਮੇਰੇ ਪੰਜ ਦੇ ਪੱਤੇ ਲਟਕਦੇ ਨੇ ਇੱਥੇ, ਆਹ ਇੱਕ ਮੈਂ ਭੂਤ ਜਿਹਾ ਲਿਆ ਸੀਗਾ, ਇਹਦੇ 'ਚੋਂ ਸਮੈਲ ਬਹੁਤ ਵਧੀਆ ਆਉਂਦੀ ਆ। ਕਰਨਾ ਸਭ ਕੁਝ ਕਰਨਾ
ਮਤਲਬ ਨਜ਼ਾਰੇ ਲੈਣ ਦੀ ਗੱਲ ਕਰਨਾ ਹਰ ਟਾਈਮ ਨਹੀਂ। ਚਲੀ ਅੱਗੇ ਨੂੰ ਫਿਰ